ਸਾਡੇ ਸੰਪਰਦਾਇ ਦੇ ਕਾਰਜਕਾਰੀ ਪ੍ਰਧਾਨ ਸੰਤ ਬਾਬਾ ਸੁਰਜੀਤ ਸਿੰਘ ਜੀ ਦੀ ਤਰਫੋਂ, ਕਿਉਂਕਿ ਪਹਿਲਾਂ ਸਾਡੇ ਸੰਪਰਦਾਇ ਦੇ ਪ੍ਰਧਾਨ ਸੰਤ ਬਾਬਾ ਜਗ ਸਿੰਘ ਜੀ ਸਨ, ਸੋ ਹੁਣ ਜਿਹੜਾ ਅਸੀਂ ਜਾਂਦੇ ਆਗਾ ਪ੍ਰਧਾਨ ਨਿਯੁਕਤ ਕਰਾਂਗੇ ਕਾਰਜਕਾਰੀ ਪ੍ਰਧਾਨ ਸੰਤ ਬਾਬਾ ਸੁਰਜੀਤ ਸਿੰਘ ਜੀ, ਸੰਤ ਬਾਬਾ ਦਰਸ਼ਨ ਸਿੰਘ ਜੀ, ਮੁੱਖ ਸੇਵਾਦਾਰ ਅੰਗੀਠਾ ਸਾਹਿਬ, ਸੰਤ ਬਾਬਾ ਸੁਖਵਿੰਦਰ ਸਿੰਘ ਜੀ ਸੋਨੀ ਜੀ ਪ੍ਰਧਾਨ ਗੁਰਦੁਆਰਾ ਅੰਗੀਠਾ ਸਾਹਿਬ, ਸੰਤ ਬਾਬਾ ਜਗਜੀਤ ਸਿੰਘ ਜੀ ਕਾਕਾ ਵੀਰ ਜੀ, ਸੰਤ ਬਾਬਾ ਹਰਬੈਂਦ ਸਿੰਘ ਜੀ ਮਾਤਾ ਭੋਲੀ, ਸੰਤ ਬਾਬਾ ਜਸਵੰਤ ਸਿੰਘ ਜੀ ਜੋਤੀ ਸਰੂਪ ਵਾਲੇ, ਸੰਤ ਮਸਤਾਂ ਦਾ ਸੰਪਰਦਾਇ ਵੱਲੋਂ ਆਓ ਆਪਾਂ ਜਕਾਰਿਆਂ ਦੇ ਨਾਲ ਇਹਨੂੰ ਪ੍ਰਵਾਨ ਕਰੀਏ। ਸੋ ਸਾਡੇ ਵਿੱਚ ਬਾਬਾ ਰਾਜਾ ਰਾਜ ਸਿੰਘ ਜੀ ਜੋ ਅਰਬਾ ਖਰਬਾ ਦਲ ਦੇ ਜਥੇਦਾਰ ਨੇ, ਉਹਨਾਂ ਵੱਲੋਂ ਵੀ ਪੱਗ ਦੀ ਰਸਮ ਕੀਤੀ ਗਈ ਹੈ। ਬਹੁਤ ਬਹੁਤ ਧੰਨਵਾਦ। ਹੁਣ ਮੈਂ ਜਿੰਨੇ ਵੀ ਮਹਾਂਪੁਰਸ਼ ਨੇ, ਮੈਂ ਸੰਗਤ ਨੂੰ ਬੇਨਤੀ ਕਰਾਂਗਾ ਕਿ ਆਪਾਂ ਨੇ ਥੱਲੇ ਪੱਗ ਦੀ ਰਸਮ ਜਿੱਥੇ ਬਾਬਾ ਜੀ ਬਹਿੰਦੇ ਨੇ ਉੱਥੇ ਬਾਬਾ ਮਨਪ੍ਰੀਤ ਸਿੰਘ ਜੀ ਜਾ ਕੇ ਉੱਥੇ ਕਰਾਂਗੇ। ਜਿੰਨੇ ਮਹਾਂਪੁਰਸ਼ ਬੈਠੇ ਨੇ ਉਹ ਪੱਗ ਦੀ ਰਸਮ ਸਿੰਘ ਸਾਹਿਬ ਹੈਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪਹੁੰਚੇ ਨੇ ਬਾਬਾ ਗੁਰਜੰਟ ਸਿੰਘ ਜੀ, ਉਹਨਾਂ ਨੇ ਵੀ ਪੱਗ ਦੀ ਰਸਮ ਕੀਤੀ ਹੈ। ਸੋ ਬਾਬਾ ਸੰਤ ਬਾਬਾ ਜਸਵੰਤ ਸਿੰਘ ਜੀ ਜੋਤੀ ਸਰੂਪ ਵਾਲੇ, ਹੋਰ ਵੀ ਮਹਾਂਪੁਰਸ਼ ਪਹੁੰਚੇ ਨੇ, ਸਾਰਿਆਂ ਵੱਲੋਂ ਬਾਬਾ ਜੀ ਨੂੰ ਪੱਗ ਦੀ ਰਸਮ ਜਿਹੜੀ ਇਸ ਸਥਾਨ ਦੇ ਉਹ ਸੇਵਾਦਾਰ। ਔਰ ਇਹਦੇ ਨਾਲ ਹੀ ਜਿਹੜੇ ਮੈਂ ਪਹਿਲਾਂ ਨਾਮ ਦੁਬਾਰਾ ਇਹ ਸੂਪ ਵਾਲਾ ਆਇਆ ਗੁਰਦੁਆਰਾ ਸਿੰਘ ਸਭਾ ਵੱਲੋਂ, ਅਤੇ ਨਾਲ ਹੀ ਏ ਡੀ ਸੀ ਜਸਵੰਤ ਸਿੰਘ ਜੀ ਬਣਾਏ, ਅਤੇ ਨਾਲ ਹੀ ਸਾਡੇ ਸਰਦਾਰ ਕਿਰਪਾਲ ਸਿੰਘ ਜੀ ਝੂਟਾ ਸਾਬਕਾ ਐਮ ਐਲ ਏ ਹਲਕਾ ਅਫਰਗੜ੍ਹ ਅਤੇ ਲੋਕ ਸਭਾ ਉਮੀਦਵਾਰ ਹਲਕਾ ਸੰਗਰੂਰ ਤੋਂ, ਉਹਨਾਂ ਨੂੰ ਵੀ ਜਿਉਂ ਕਹਾਂਗੇ। ਇਹਦੇ ਨਾਲ ਹੀ ਮੈਂ ਵਾਪਸੀ ਚਾਹਾਂਗਾ ਵੈਦ ਪਰਮਿੰਦਰ ਸਿੰਘ ਜੀ ਧੂਰੀ, ਅਮਰਜੀਤ ਸਿੰਘ ਜੀ ਸੰਤ ਜਸਵੰਤ ਸਿੰਘ ਜੀ ਨਾਮਧਾਰੀ ਹਿੰਮਤਪੁਰਾ, ਸ੍ਰੀ ਭਗਵਾਨ ਸਿੰਘ ਜੀ, ਬਾਬਾ ਦਰਸ਼ਨ ਕੌਮੀ ਖਾਲਸਾ, ਬਾਬਾ ਅਮੀਰ ਸਿੰਘ ਜੀ ਫਤਿਹ ਕਥਾ, ਅਤੇ ਨਾਲ ਹੀ ਬੇਨਤੀ ਹੈ ਕਿ ਪੀ ਵੀ 13A 4350 ਗੱਡੀ ਭਾਈ ਜਿਹੜੀ ਰਾਤ ਖੜੀ ਹੈ, ਕਿਰਪਾ ਕਰਕੇ ਪੀ ਵੀ 13A 4350 ਰੰਗ ਟਿਕਟ ਹੈ ਸਿਰਫ ਚੱਲੀ ਹੈ, ਉਹ ਆਪਣੀ ਸਾਈਡ 'ਤੇ ਕਰੋ, ਉਹ ਟਿਕਟ ਆਪਦੇ ਸਮੇਂ। ਅਤੇ ਨਾਲ ਹੀ ਬਾਬਾ ਏਕਮ ਸਿੰਘ ਜੀ, ਬਾਬਾ ਬਲਦੀਪ ਸਿੰਘ ਜੀ ਪੁਰੀ ਵਾਲੇ, ਬਾਬਾ ਸੁਖਜੀਤ ਸਿੰਘ ਜੀ ਨਵਾਂ ਮਸੂਆਣਾ ਮੋਦੀ ਸਿੰਘ ਜੀ, ਸੰਤ ਬਾਬਾ ਹਰੀਕ ਸਿੰਘ ਜੀ ਜਨਹੇੜੀ ਵਾਲੇ, ਮਹੰਤ ਤਾਰਾ ਸਿੰਘ ਜੀ ਨਾਭਾ, ਮਹੰਤ ਜਗਦੇਵ ਦਾਸ ਜੀ ਭੱਟੀ ਵਾਲਾ, ਬਾਬਾ ਰਣਜੀਤ ਸਿੰਘ ਜੀ ਖੱਟਰ, ਸੰਤ ਬਾਬਾ ਪਰਜੀਤ ਸਿੰਘ ਜੀ ਨਾਗੋਵਾਲੀ, ਸੰਤ ਬਾਬਾ ਭਗਵਾਨ ਸਿੰਘ ਜੀ ਬੇਗੋਵਾਲ ਰਾਣਾ ਸਾਹਿਬ, ਸੰਤ ਬਾਬਾ ਗਗਨਦੀਪ ਸਿੰਘ ਜੀ ਜਨਾਲੀ ਵਾਲੇ, ਸੰਤ ਬਾਬਾ ਸਤਨਾਮ ਸਿੰਘ ਜੀ ਨਾਨਕਸਰ ਕਲਿਆਂ ਵਾਲੇ, ਸੰਤ ਬਾਬਾ ਪਰਮਜੀਤ ਸਿੰਘ ਜੀ ਅੰਸਾਰੀ ਵਾਲੇ, ਸੰਤ ਬਾਬਾ ਹਰਨੇਕ ਸਿੰਘ ਜੀ ਰਾਣਾ ਸਾਹਿਬ ਖੰਡਰਾ ਵੱਲੋਂ, ਜਥੇਦਾਰ ਬਾਬਾ ਗੁਰਨਾਇਕ ਸਿੰਘ ਜੀ, ਸੰਤ ਬਾਬਾ ਹਰਬੈਂਦ ਸਿੰਘ ਜੀ ਮਸਤਵਾਲ। ਸੋ ਇਹਦੇ ਨਾਲ ਹੀ ਸਾਧ ਸੰਗਤ ਜੀ, ਮੈਂ ਹੁਣ ਬੇਨਤੀ ਕਰਾਂਗਾ, ਮੇਰੇ ਤੋਂ ਪਹਿਲਾਂ ਜਿਵੇਂ ਪੂਰਬ ਦੇ ਪੱਤਰਕਾਰ ਸਾਹਿਬ ਗੱਲ ਕਰ ਰਹੇ ਸੀ ਬਾਬਾ ਜੀ ਦੇ ਵਿਆਹਾਂ ਦੀ, ਮੇਰੇ ਗੱਲ ਇੱਕ ਵਿਆਹਾਂ ਤੋਂ ਯਾਦ ਆਈ ਹੈ ਕਿ ਇੱਕ ਪਰਿਵਾਰ ਬਾਬਾ ਜੀ ਕੋਲ ਦੋ ਲੜਕੀਆਂ ਸੀ ਆਇਆ, ਲੁਧਿਆਣੇ ਤੋਂ ਪਰਿਵਾਰ ਸੀ, ਕਹਿੰਦੇ ਬਾਬਾ ਜੀ ਸਾਡੀਆਂ ਲੜਕੀਆਂ ਦਾ ਵਿਆਹ, ਕੋਈ ਚੀਜ਼ ਦਾ ਇੰਤਜ਼ਾਮ ਨਹੀਂ ਕੀ ਕਰੀਏ। ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ ਭਾਈ ਹੋ ਜੂਗਾ। ਪਰਿਵਾਰ ਉਸੇ ਤਰ੍ਹਾਂ ਮੁੜ ਗਿਆ, ਕਹਿੰਦੇ ਬਾਬਾ ਜੀ ਨੇ ਤਾਂ ਸਾਨੂੰ ਕੋਈ ਗੱਲ ਦੱਸੀ ਨਹੀਂ, ਜੇਕਰ ਵਿਆਹ ਸੀ ਪਰਿਵਾਰ ਠੀਕ ਦਾ ਸੀ, ਦੋ ਟੈਂਪੂ ਗੱਡੀ ਦੇ ਉਹਨੂੰ ਭਰ ਕੇ ਸਮਾਨ ਦੇ 50,000 ਰੁਪਇਆ ਲੱਗ ਕੇ ਉਸ ਪਰਿਵਾਰ ਨੂੰ ਲੈ ਕੇ ਆਏ। ਬਾਬਾ ਜੀ ਹਮੇਸ਼ਾ ਗਰੀਬਾਂ ਦੇ ਮਸੀਹੇ ਸੀ,
ਅਸੀਂ ਸਾਡੀ ਸੰਪਰਦਾਇ ਦੇ ਵਿੱਚ ਬਹੁਤ ਵੱਡਾ ਘਾਟਾ ਪਿਆ। ਜਦੋਂ ਵੀ ਅਸੀਂ ਆਉਂਦੇ ਸਾਡੀ ਅੱਜ ਮਹਾਂਮਾਰੀ ਹੈ ਸੰਪਰਦਾਇ ਦੀ, ਕਿ ਭਾਵੇਂ ਸਾਡੀ ਸੰਪਰਦਾਇ ਦੇ ਵਿੱਚ ਬਹੁਤ ਸਾਰੇ ਸਾਧੂ ਆਏ ਪਰ ਸਾਨੂੰ ਮਿੱਠੜੇ ਸੁਭਾਅ ਵਰਗੇ ਬਾਬਾ ਜਗ ਸਿੰਘ ਵਰਗੇ ਨਹੀਂ ਮਿਲਣੇ। ਐਸੇ ਸਾਧੂ ਸਾਨੂੰ ਪਤਾ ਨਹੀਂ ਪ੍ਰਮਾਤਮਾ ਨੂੰ ਉਹਨਾਂ ਦੀ ਕੋਈ ਲੋੜ ਸੀ, ਐਸਾ ਪਿਆਰ ਦੀ ਗੱਲ ਉਪਰੀ ਵਿੱਚ ਰਹਿਣ ਵਾਲੇ ਮਹਾਂਪੁਰਸ਼ ਸਾਡੇ ਉਹਨਾਂ ਚਲੇ ਗਏ, ਭਾਵੇਂ ਦਿਨਾਵੀ ਤੌਰ 'ਤੇ ਸਾਡੇ ਵਿੱਚ ਨੇ, ਦਿਨਾਵੀ ਤੌਰ 'ਤੇ ਚਲੇ ਗਏ ਪਰ ਉਹ ਸਾਡੇ ਵਿੱਚ ਨੇ। ਆਓ ਆਪਾਂ ਉਹਨਾਂ ਦੇ ਰੂਪ ਵਿੱਚ ਬਾਬਾ ਮਨਪ੍ਰੀਤ ਸਿੰਘ ਦੇ ਵਿੱਚ ਦੇਖੀਏ। ਇਹਦੇ ਨਾਲ ਹੀ ਮੈਂ ਬੇਨਤੀ ਕਰਾਂਗਾ ਕਿ 9 ਤਰੀਕ ਨੂੰ ਫੁੱਲਾਂ ਦੇ ਆਸਣ ਕੀਰਤਪੁਰ ਸਾਹਿਬ ਪਾਈ ਜਾਊਗੀ, 10 ਤਰੀਕ ਨੂੰ ਗੁਰਦੁਆਰਾ ਸੰਤਖੰਡ ਅੰਗੀਠਾ ਸਾਹਿਬ ਬਸਤੂਰਾਮ ਸਾਹਿਬ ਵਿਖੇ। ਮੈਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ, ਜਿਸ ਤਰ੍ਹਾਂ ਆਪਾਂ ਅੱਜ ਜੋੜ ਬੈਠੇ ਹਾਂ, 9 ਤੋਂ 10 ਵਜੇ ਤੱਕ ਗੁਰਦੁਆਰਾ ਅੰਗੀਠਾ ਸਾਹਿਬ ਬਸਤੂਰਾਮ ਸਾਹਿਬ ਸਾਰਿਆਂ ਨੇ ਬਾਬਾ ਜੀ ਦੀ ਇਸ ਦਰਸ਼ਨ ਦੇ ਵਿੱਚ ਉੱਥੇ ਜ਼ਰੂਰ ਪਹੁੰਚਣਾ। 14 ਤਰੀਕ ਨੂੰ ਮਾਤਾ ਭੋਲੀ ਜੀ ਗੁਰਦੁਆਰਾ ਬਸਤੂਰਾਮ ਸਾਹਿਬ ਦੇ ਵਿੱਚ ਇਸੇ ਤਰ੍ਹਾਂ ਆਪਾਂ ਸਾਰਿਆਂ ਨੇ ਜਾਣਾ ਹੈ। ਮੈਂ ਫਿਰ ਬੇਨਤੀ ਕਰਾਂਗਾ ਕਿ ਗੁਰਦੁਆਰਾ ਅੰਗੀਠਾ ਸਾਹਿਬ 10 ਤਰੀਕ ਨੂੰ, 14 ਨੂੰ ਮਾਤਾ ਭੋਲੀ ਜੀ ਦੀ, ਅਤੇ ਨਾਲ ਹੀ ਉੱਥੇ ਜਿਹੜੀ ਸੰਪਰਦਾਇ ਦੀ ਆ ਗਈ ਹੈ ਅਸੀਂ ਰਸਮ ਨੂੰ ਤੁਸੀਂ ਅਦਾ ਕਰਾਂਗੇ। ਸੰਤ ਬਾਬਾ ਸੁਨੀਲ ਸਿੰਘ ਜੀ ਖਨਾਲ ਵਾਲੇ ਜਿਹੜੇ ਸਾਡੀ ਸੰਪਰਦਾਇ ਬਸਤੂਰਾਮ ਸਾਹਿਬ ਦੇ ਮੈਂਬਰ ਨੇ, ਉਹਨਾਂ ਨੇ ਵੀ ਪੱਗ ਦਿੱਤੀ ਹੈ, ਅਤੇ ਬਾਬਾ ਭਿੰਦਰ ਸਿੰਘ ਜੀ ਖਨਾਲ ਗੁਰਦੁਆਰਾ ਜੋਗੀ ਮਾਜਰਾ ਵੱਲੋਂ ਵੀ ਪੱਗ ਦੀ ਰਸਮ ਅਦਾ ਕੀਤੀ ਹੈ, ਬਹੁਤ ਬਹੁਤ ਧੰਨਵਾਦ। ਇਹਦੇ ਨਾਲ ਹੀ ਬਾਬਾ ਜੀ ਨਾਲ ਬੜੇ ਲੰਬੇ ਸਮੇਂ ਤੋਂ ਭਾਈ ਸਾਹਿਬ ਭਾਈ ਜਲਿੰਦਰ ਸਿੰਘ ਜੀ, ਜਿਨ੍ਹਾਂ ਨੂੰ ਸ਼ਾਇਦ ਨਾ ਤਾਂ ਮੈਂ ਵੀ ਅੱਜ ਪਤਾ ਲੱਗਿਆ, ਅਤੇ ਸਾਰੇ ਉਹਨਾਂ ਨੂੰ ਡਰਾਈਵਰ ਹੀ ਕਹਿੰਦੇ ਸੀ, ਬਾਬਾ ਸੁਖਵਿੰਦਰ ਸਿੰਘ ਜੀ ਸਾਹਿਬ, ਉਹਨਾਂ ਨੇ ਵੀ ਪੱਗ ਦੀ ਰਸਮ ਅਦਾ ਕੀਤੀ ਹੈ, ਅਤੇ ਉਹਨਾਂ ਨੂੰ ਪਿਆਰ ਨਾਲ ਡਰਾਈਵਰ ਕਹਿੰਦੇ ਸੀ। ਬੜੀ ਤਨਦੇਹੀ ਦੇ ਨਾਲ ਸੇਵਾ ਕੀਤੀ ਹੈ, ਉਹਨਾਂ ਨੂੰ ਵੀ ਬਾਬਾ ਮਨੀ ਸਿੰਘ ਆਪਣੇ ਨਾਲ ਸਹਾਇਕ ਤੌਰ 'ਤੇ ਸੇਵਾਦਾਰ ਰੱਖਣਗੇ, ਉਹ ਵੀ ਇਸੇ ਤਰ੍ਹਾਂ। ਬਾਕੀ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੋਊਗੀ, ਕਿਸੇ ਤਰ੍ਹਾਂ ਦੀ ਸੇਵਾ ਕਰਦੇ ਰਹੇ ਹਾਂ। ਬਾਬਾ ਗੁਰੂ ਮਨਪ੍ਰੀਤ ਸਿੰਘ ਜੀ ਉਸੇ ਪਿਆਰ ਦੇ ਨਾਲ ਤੁਹਾਡੇ ਨਾਲ ਸੰਪਰਦਾਇ ਬਸਤੂਰਾਮ ਸਾਹਿਬ ਵੀ ਇਸੇ ਤਰ੍ਹਾਂ ਪਿਆਰ ਨਾਲ ਰਹੇਗੀ। ਰਾਣਾ ਸਾਹਿਬ ਜੰਗ ਤੋਂ ਵੀ ਪੱਗ ਦੀ ਰਸਮ ਅਦਾ ਕੀਤੀ ਗਈ ਹੈ, ਬਹੁਤ ਬਹੁਤ ਸੁਖਾਨਾ। ਹੁਣ ਮੈਂ ਬੇਨਤੀ ਕਰਾਂ ਕਿ 5 ਮਿੰਟ ਲਈ ਆਪਣੀ ਸੰਗਤ ਨੂੰ ਬਾਬਾ ਮਨਪ੍ਰੀਤ ਸਿੰਘ ਜੀ ਵਿਸ਼ਵਾਸ ਦਿਵਾਉਣਗੇ ਕਿ ਜਿਹੜੀ ਸੇਵਾ ਸੰਪਰਦਾਇ ਨੂੰ ਦਿੱਤੀ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੇ ਕੁਟਕਾਂ ਦਸਤਾਰ ਭੇਟਾ ਪ੍ਰਧਾਨ ਦਾਰਾ ਸਿੰਘ ਜੀ, ਸਾਡੇ ਕੋਲ ਮੈਸੇਜ ਆਇਆ ਕਿ ਸਰਦਾਰ ਅਕਬਾਲ ਸਿੰਘ ਜੀ ਝੂਟਾ ਸਾਹਿਬ ਦੇ ਦਸਤਾਰ ਦੇਣੀ ਹੈ, ਉਹ ਮੰਗਰ ਜਾ ਕੇ ਅੱਗੇ ਦੇ ਆਓ। ਅਤੇ ਉਦੋਂ ਪਹਿਲਾਂ ਬਾਬਾ ਜੀ ਆਪਣੇ ਬਾਜਨ ਸਾਗਰ ਦੇ ਨਾਲ ਸਾਂਝੇ ਕਰਨਗੇ। ਬਾਬਾ ਮੰਡੀ ਇੱਕ ਜਿਉਂ ਸਮਾਧੀ ਬਾਬਾ ਜੀ ਦੇ ਸਥਾਨ ਕੋਟਕਾਲਾ ਵੱਲੋਂ ਉਹਨਾਂ ਵੱਲੋਂ ਵੀ ਆਈ ਹੈ, ਬਾਬਾ ਜਗਰੂਪ ਸਿੰਘ ਜੀ ਕੱਟੂ ਵੱਲੋਂ ਵੀ ਆਈ ਹੈ। ਹਜ਼ੂਰ ਸਾਹਿਬ ਵਾਲੇ ਬਾਬਾ ਜੀ ਬਾਬਾ ਡਾਕਟਰ ਰਜਿੰਦਰ ਸਿੰਘ ਜੀ ਵੱਲੋਂ ਵੀ ਦਿੱਤਾ। ਸੋ ਹੁਣ ਦੀਦੀ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਭਾਈ ਵਰਿੰਦਰ ਸਿੰਘ ਜੀ ਨੂੰ ਪਿਆਰ ਨਾਲ ਡਰਾਈਵਰ ਦੇਵੇ ਸੀ, ਪਿਆਰ ਬਾਬਾ ਜੀ ਦੇ ਨਾਲ ਸਹਾਇਕ ਤੌਰ 'ਤੇ ਸੇਵਾ ਨਿਭਾਉਣਗੇ। ਬੜੀ ਸੇਵਾ ਕੀਤੀ ਹੈ, ਬੜੇ ਸਾਧੂ ਸੁਭਾਅ ਦੇ ਨੇ ਬਾਬਾ ਵਰਿੰਦਰ ਸਿੰਘ ਜੀ, ਉਹਨਾਂ ਦੇ ਬੜੇ ਉਹ ਵੀ ਬਾਬਾ ਜੀ ਦੀ ਤਰ੍ਹਾਂ ਬੜੇ ਮਿੱਠੇ ਤੇ, ਮੈਂ ਉਹਨਾਂ ਨੂੰ ਦੇਖਿਆ ਨਜ਼ਦੀਕ ਹੋ ਕੇ ਜਦੋਂ ਸੰਪਰਦਾਇ ਦੇ ਵਿੱਚ ਬਾਬਾ ਬੰਦੇ। ਫਿਰ ਮੈਂ ਇੱਕ ਵਾਰੀ ਚੈਨਲ ਵਾਲੇ ਭਰਾਵਾਂ ਦਾ ਜਿਨ੍ਹਾਂ ਨੇ ਬੜੀ ਸੇਵਾ ਕਰਨ ਨਾਲ ਨਿਭਾਈ ਹੈ, ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇੱਕ ਨਾ ਮੋਟਰਸਾਈਕਲ ਦੀ ਚਾਬੀ ਆਈ ਹੈ ਸਟੇਜ ਤੋਂ ਆ ਕੇ ਪੰਜਾਬ ਸਾਹਿਬ ਭੈਣ ਭਰਾ ਜੀ ਹੋ ਗਏ। ਮੋਟਰਸਾਈਕਲ ਦੀ ਚਾਬੀ ਹੈ ਭਾਈ ਕਾਲੇ ਰੰਗ ਦੀ ਚਾਬੀ ਹੈ, ਉਹ ਜਿਹੜੇ ਜਿਹੜੇ ਭੈਣ ਭਰਾ ਜੀ ਹੋ ਗਏ। ਮੈਂ ਦਸ ਤਰੀਕ ਦੀ ਫਿਰ ਬੇਨਤੀ ਕਰਦਾ ਕਿ ਅੱਜ ਉਹ ਆਪਣਾ ਪਿਤਾ ਮਾਤਾ ਅੱਛਾ ਲੰਗਰ
भाई 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 भाई।